ਬਰਾਲਾ ਸਾਹਿਬ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਅੱਜ ਲਿਖਤੀ ਤੌਰ ਤੇ ਮਾਫੀ ਵੀ ਮੰਗ ਕੇ ਆਏ ਨੇ ਸੁਖਬੀਰ ਸਿੰਘ ਬਾਦਲ ਔਰ ਪੇਸ਼ ਵੀ ਹੋਏ ਨੇ? ਦੇਖੋ ਅਜੇ ਆਪਾਂ ਕੀ ਕਹਿ ਸਕਦੇ ਆ ਵੀ ਉਹ ਕੀ ਕਰਕੇ ਆਏ ਆ। ਅਕਾਲ ਤਖ਼ਤ ਸਾਹਿਬ ਤੇ ਉਹ ਜਾ ਕੇ ਆਏ ਆ, ਹਰ ਗੁਰਸਿੱਖ ਹਰ ਵਿਅਕਤੀ ਅਕਾਲ ਤਖ਼ਤ ਸਾਹਿਬ ਤੇ ਜਾ ਸਕਦਾ। ਚਲੋ ਉਹਨਾਂ ਦੇ ਮੁਤਲਕ ਕੱਲ ਫੈਸਲਾ ਸਿੰਘ ਸਮਾਨ ਨੇ ਲਿਆ ਸੀਗਾ ਤੇ ਹੋ ਸਕਦਾ ਉਸ ਫੈਸਲੇ ਨੂੰ ਲੈ ਕੇ ਉਹ ਸਿੰਘ ਸਮਾਨ ਨੂੰ ਕੋਈ ਬੇਨਤੀ ਕਰਨਾ ਚਾਹੁੰਦੇ ਸਨ ਤੇ ਬੇਨਤੀ ਕਰਨ ਗਏ ਸੀਗੇ ਤੇ ਉਹਦੇ ਬਾਰੇ ਤਾਂ ਜਦੋਂ ਆਪਣੇ ਗੱਲ ਸਾਰੀ ਸਾਹਮਣੇ ਆਊਗੀ ਫੇਰ ਹੀ ਕੁਝ ਕਹਿ ਸਕਦੇ। ਇਹ ਚਿੱਠੀ ਵੀ ਆ ਗਈ, ਉਹਨਾਂ ਨੇ ਲਿਖਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ, 30 ਅਗਸਤ 2024 ਨੂੰ ਪੰਜ ਸਿੰਘ ਸਾਹਿਬਾਨਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਇਕੱਤਰਤਾ ਵਿਚ ਪਾਸ ਕੀਤੇ ਗਏ ਹੁਕਮਨਾਮੇ ਦੀ ਕਾਪੀ ਅੱਜ 31 ਅਗਸਤ 2024 ਨੂੰ ਮੇਰੇ ਪਾਸ ਪਹੁੰਚੀ ਹੈ। ਦਾਸ ਪੰਜ ਸਿੰਘ ਸਾਹਿਬਾਨਾਂ ਵੱਲੋਂ ਪਾਸ ਕੀਤੇ ਗਏ ਹੁਕਮਨਾਮੇ ਨੂੰ ਗੁਰੂ ਦਾ ਨਿਮਾਣਾ ਸਿੰਘ ਸਿੱਖ ਹੋਣ ਦੇ ਨਾਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਸੀਸ ਪ੍ਰਵਾਨ ਕਰਦਾ ਹੈ। ਦਾਸ ਅੱਜ ਹੀ 31 ਅਗਸਤ 2024 ਨੂੰ ਨਿੱਜੀ ਤੌਰ ਤੇ ਪੇਸ਼ ਹੋ ਕੇ ਹੁਕਮਨਾਮੇ ਅਨੁਸਾਰ ਗੁਰੂ ਪੰਥ ਪਾਸੋਂ ਦੋਵੇਂ ਜਿਹੜੇ ਨੇ ਪੇਸ਼ ਹੋ ਰਹੇ ਆ, ਇਹ ਇਸ ਗੱਲ ਦਾ ਜ਼ਿਕਰ ਕੀਤਾ ਗਿਆ। ਚਲੋ ਜਿਹੜਾ ਕੱਲ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਜਿਹੜਾ ਕੱਲ ਫੈਸਲਾ ਹੋਇਆ ਸਿੰਘ ਸਭਾਨ ਦਾ ਉਹਨੂੰ ਲੈ ਕੇ ਸਿੰਘ ਸਭਾਨ ਨੇ ਕਿਹਾ ਸੀਗਾ ਵੀ ਆਪਣੇ ਜਿਹੜੇ ਮੰਤਰੀ ਆ ਉਹ ਵੀ ਪੇਸ਼ ਹੋਣ 15 ਦਿਨਾਂ ਵਿਚ, ਸੁਖਬੀਰ ਸਿੰਘ ਬਾਦਲ ਵੀ ਉੱਥੇ ਆ ਕੇ ਤੇ ਆਪਣਾ ਜਿਹੜਾ ਹੈਗਾ ਮਾਫੀ ਮੰਗਣ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਸਜ਼ਾ ਸੁਣਾਈ ਜਾਊਗੀ, ਤਨਖਾਹੀਆ ਕਰਾਰ ਦੇ ਤਾ ਉਹਨਾਂ ਨੂੰ ਤੇ ਇਹ ਤਾਂ ਚਲੋ ਜੋ ਅਕਾਲ ਤਖ਼ਤ ਸਾਹਿਬ ਦਾ ਵਿਧੀ ਆ ਵਿਧੀ ਵਿਧਾਨ ਆ ਉਹਦੇ ਮੁਤਾਬਕ ਹੀ ਹੋਇਆ ਆ ਤੇ ਠੀਕ ਆ। ਆਪਣੇ ਉਹਨਾਂ ਨੇ ਇੱਕ ਦਿਨ ਤਾਂ ਜਾਣਾ ਹੀ ਸੀਗਾ, ਉਹ ਅੱਜ ਚੱਲ ਗਏ ਤੇ ਇਹਦੇ ਬਾਰੇ ਆਪਾਂ ਹੁਣ ਕੀ ਕਹਿਣਾ ਆ? ਇਹ ਤਾਂ ਹੁਣ ਸਿੰਘ ਸਭਾਨ ਫੈਸਲਾ ਕਰਨਗੇ ਵੀ ਅੱਗੇ ਕੀ ਕਰਨਾ ਉਹਨਾਂ ਨੇ, ਅੱਗੇ ਕੀ ਕੁਛ ਹੋ ਸਕਦਾ, ਪ੍ਰਕਿਰਿਆ ਕੀ ਕਹਿੰਦੀ ਹੈ, ਤੁਹਾਡੀ ਵੀ ਕੋਈ ਮੰਗ? ਸਾਡੀ ਕੋਈ ਮੰਗ ਨਹੀਂ ਜੀ, ਜੋ ਕੱਲ ਸਿੰਘ ਸਾਹਿਬ ਨੇ ਫੈਸਲਾ ਕਰਤਾ ਉਹਨਾਂ ਨੇ ਉੱਥੇ ਆਪਣਾ ਅਕਾਲ ਤਖ਼ਤ ਸਾਹਿਬ ਤੇ ਆਦੇਸ਼ ਸੁਣਾਤਾ ਆ, ਉਹਦੇ ਮੁਤਾਬਕ ਜੋ ਉਹਨਾਂ ਨੇ ਕਿਹਾ ਉਹਦੀ ਪਾਲਣਾ ਸੁਖਬੀਰ ਸਿੰਘ ਬਾਦਲ ਨੂੰ ਸਾਰੇ ਮੰਤਰੀਆਂ ਨੂੰ ਕਰਨੀ ਚਾਹੀਦੀ ਆ ਤੇ ਹਰ ਗੁਰਸਿੱਖ ਨੂੰ ਪੰਥ ਦਰਦੀ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਸਾਰਿਆਂ ਨੂੰ ਉਹ ਗੱਲ ਸਵੀਕਾਰ ਕਰਨੀ ਚਾਹੀਦੀ ਆ। ਕਰਾਰ ਦੇਣ ਤੋਂ ਬਾਅਦ ਕੀ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਸਿਆਸੀ ਤੌਰ ਤੇ ਕਿਸੇ ਇਕੱਠ ਜਾਂ ਕਿਸੇ ਪ੍ਰੋਗਰਾਮ ਸੁਖਬੀਰ ਬਾਦਲ ਜਾ ਸਕਦੇ ਨੇ? ਇਹ ਤਾਂ ਦੇਖੋ ਤਨਖਾਹੀਆ ਕਰਾਰ ਜਦੋਂ ਉੱਥੋਂ ਅਕਾਲ ਤਖ਼ਤ ਸਾਹਿਬ ਤੋਂ ਕੋਈ ਵੀ ਵਿਅਕਤੀ ਹੁੰਦਾ ਆ ਤੇ ਉਹਦਾ ਜਿਹੜਾ ਮੇਲ ਮਿਲਾਪ ਉਹਦੀ ਵਰਤੋਂ ਨਹੀਂ ਹੁੰਦੀ, ਉਹਦੇ ਨਾਲ ਨਹੀਂ ਆਪਣੇ ਮਿਲਦੇ ਵਰਤਦੇ ਜਿਹੜੇ ਆਪਣੇ ਸਿੱਖ ਹੁੰਦੇ ਆ ਜਾਂ ਗੁਰਸਿੱਖ ਹੁੰਦੇ ਆ। ਜੋ ਆਪਣਾ ਜਿਹੜਾ ਹੈਗਾ ਆ ਵਿਧਾਨ ਕਹਿੰਦਾ ਆ, ਜੋ ਮਰਿਆਦਾ ਕਹਿੰਦੀ ਆ, ਤੇ ਉਹ ਹੁਣ ਉਹ ਤਾਂ ਜੇ ਕੋਈ ਉਹਨੂੰ ਮੰਨੂਗਾ ਤਾਂ ਹੀ ਆ ਤੇ ਨਾਲ ਉਹ ਕਿਤੇ ਗੁਰੂ ਘਰ ਵਿੱਚ ਜਾ ਕੇ ਅਰਦਾਸ ਨਹੀਂ ਕਰਾ ਸਕਦੇ, ਦੇਗ ਨਹੀਂ ਕਰਾ ਸਕਦੇ। ਇਹ ਗੱਲਾਂ ਤਨਖਾਹੀਆਂ ਵਾਸਤੇ ਆਪਣੇ ਜਿਹੜੀ ਆਪਣੀ ਹੈਗੀ ਆ ਵਿਧਾਨ ਆ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਾਂ ਜਿਹੜੀ ਪਰੰਪਰਾ ਆ ਉਹਦੇ ਮੁਤਾਬਕ ਇਹ ਲਿਖੀਆਂ ਗਈਆਂ ਆ, ਜਿਹੜੀਆਂ ਕਿ ਹਰ ਉਸ ਵਿਅਕਤੀ ਨੂੰ ਉਹਦੀ ਪਾਲਣਾ ਕਰਨੀ ਚਾਹੀਦੀ ਆ ਜਿਹੜਾ ਵਿਅਕਤੀ ਇਸ ਉਹਦੇ ਨਜ਼ਰ ਨਾਲ ਦੇਖਿਆ ਜਾਵੇ ਜਿਹਨੂੰ ਤਨਖਾਹੀਆਂ ਕਰਾਰ ਦਿੱਤਾ ਗਿਆ ਹੋਵੇ। ਉਹਨਾਂ ਦੇ ਸਾਥੀ ਜਿਹੜੇ ਕੈਬਨਿਟ ਸੀਗੇ ਉਹ ਤਾਂ ਚਲੇ ਗਏ, ਤੁਹਾਡੇ ਨਾਲ ਜਿਹੜੇ ਕੈਬਨਿਟ ਚ ਸਾਥੀ ਉਸ ਵੇਲੇ ਰਹੇ ਆ, ਬੀਬੀ ਜਗੀਰ ਕੌਰ ਹੋਣ, ਪਰਮਿੰਦਰ ਢੀਂਡਸਾ ਹੋਣ ਜਾਂ ਸਰਵਨ ਸਿੰਘ ਫਲੋਰ ਹੋਣ, ਉਹ ਵੀ ਜਾਣਗੇ ਜਾਂ ਨਹੀਂ ਜਾਣਗੇ, ਕਦੋਂ ਤੱਕ ਜਾਣਗੇ? ਦੇਖੋ ਹਰ ਜਿਹੜਾ ਆਪਣਾ ਕੈਬਨਿਟ ਦਾ ਮੈਂਬਰ ਸੀਗਾ ਉਹਨੂੰ ਜਾਣਾ ਪੈਣਾ ਹੀ ਆ, ਜਿਹੜਾ ਸਿੱਖ ਕੈਬਨਿਟ ਮੈਂਬਰ ਸੀਗਾ ਉਹਨੂੰ ਸਾਰਿਆਂ ਨੂੰ ਸੱਦਿਆ ਆ ਤੇ ਸਾਰੇ ਜਾਣਗੇ, ਕੋਈ ਪਹਿਲਾਂ ਚਲੇ ਗਿਆ ਕੋਈ ਆਪਣੇ ਬਾਅਦ ਚਲ ਜਾਊਗਾ, ਸਾਰਿਆਂ ਨੂੰ ਜਾ ਕੇ ਆਪਣਾ ਪੱਖ ਪੇਸ਼ ਕਰਨਾ ਆ। ਪੁੰਦੜ ਹੋਰਾਂ ਨੇ ਕਿਹਾ ਕਿ ਮੈਂ ਅਪੀਲ ਕਰਦਾ ਤੁਹਾਨੂੰ ਸਾਰਿਆਂ ਨੂੰ ਕਿ ਇਕੱਠੇ ਹੋ ਜਾਓ, ਸੀਜ਼ ਫਾਇਰ ਹੁਣ ਕਰੀਏ। ਬਹੁਤ ਚੰਗੀ ਗੱਲ ਹੈ ਜੇ ਇਹ ਅਪੀਲ ਤੇ ਉਹਨਾਂ ਦੀ ਇਸ ਗੱਲ ਦੀ ਸਿਆਣਪ ਆ, ਜੇ ਆਪਾਂ ਕਹੀਏ ਤਾਂ ਅਪੀਲ ਕੀਤੀ ਹੈ ਪੁੰਦੜ ਸਾਹਿਬ ਨੇ
ਪਰ ਇਕੱਠੇ ਹੋਣ ਦੀ ਕੋਈ ਵਿਧ ਵੀ ਬਣਨੀ ਚਾਹੀਦੀ ਆ। ਇਕੱਠੇ ਹੋਣ ਦਾ ਜਿਹੜਾ ਆਪਣੇ ਕਾਰਨ ਆ ਉਹਨਾਂ ਤੇ ਵੀ ਆਪਾਂ ਨੂੰ ਗੌਰ ਕਰਨੀ ਚਾਹੀਦੀ, ਇਕੱਠੇ ਕਿਵੇਂ ਹੋ ਸਕਦੇ ਆ। ਕੁੰਦੜ ਹੋਰਾਂ ਦੀ ਪ੍ਰਧਾਨਗੀ ਤੁਹਾਨੂੰ ਮਨਜ਼ੂਰ ਹੈ? ਦੇਖੋ ਮੈਂ ਤਾਂ ਹਜੇ ਇਹਦੇ ਬਾਰੇ ਕੀ ਕਹਿ ਸਕਦਾ ਆ, ਮੈਂ ਮਨਜ਼ੂਰ ਕਰਾਂ ਨਾ ਕਰਾਂ ਉਹਦਾ ਕੋਈ ਫਰਕ ਨਹੀਂ ਪੈਂਦਾ। ਤੁਹਾਨੂੰ ਮਨਜ਼ੂਰ ਹੈ? ਮਨਜ਼ੂਰ ਤਾਂ ਸਿੱਖ ਪੰਥ ਜਿਹਨੂੰ ਕਰੂਗਾ ਉਹਦਾ ਹੀ ਆਪਣੇ ਉਹਦੀ ਜਿਹੜੀ ਹੈਗੀ ਆ ਪਾਲਣਾ ਹੋਣੀ ਚਾਹੀਦੀ ਆ ਜਿਹਨੂੰ ਸਿੱਖ ਪੰਥ ਮਨਜ਼ੂਰ ਕਰੇ। ਨਹੀਂ, ਇਸ ਕਰਕੇ ਨਾ ਤੁਸੀਂ ਸਾਰੇ ਜਿਹੜੇ ਨਾਰਾਜ਼ ਹੋਏ ਹੋ ਇਹ ਸਾਰੇ ਮੰਨ ਜਾਣਗੇ ਹੁਣ ਕੁੰਦੜ ਹੋਰੀ ਪ੍ਰਧਾਨ ਬਣੇ ਨੇ ਤਾਂ? ਇਹ ਤਾਂ ਜਿਹੜਾ ਸਟਾਪ ਗੈਪ ਅਰੇਂਜਮੈਂਟ ਆ ਇਹਦੇ ਵਿੱਚ ਆਪਾਂ ਕੀ ਇਹਦੇ ਹੁਣ ਕਹਿ ਸਕਦੇ ਆ, ਇਹ ਤਾਂ ਉਹਨਾਂ ਨੇ ਵਿਅਕਤੀਗਤ ਤੌਰ ਤੇ ਉਹਨਾਂ ਨੇ ਫੈਸਲਾ ਲਿਆ, ਸਿਰਫ ਆਪਣੇ ਇਹਦਾ ਜਿਹੜਾ ਡੰਗ ਟਪਾਉਣ ਵਾਸਤੇ ਲਿਆ। ਤੁਹਾਨੂੰ ਲੱਗਦਾ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਜਦੋਂ ਪ੍ਰਧਾਨ ਹੁਣ ਬਲਵਿੰਦਰ ਕੁੰਦੜ ਹੋਰੀ ਹੋ ਗਏ ਨੇ, ਅਕਾਲੀ ਦਲ ਉੱਠ ਸਕਦਾ, ਸਾਰੇ ਇਕੱਠੇ ਹੋ ਸਕਦੇ ਨੇ? ਦੇਖੋ ਭੁੰਦੜ ਸਾਹਿਬ ਉਹ ਹੈਗੇ ਵਰਕਿੰਗ ਪ੍ਰੈਜੀਡੈਂਟ ਆ, ਪ੍ਰੈਜੀਡੈਂਟ ਹਜੇ ਸੁਖਬੀਰ ਸਿੰਘ ਬਾਦਲ ਹੀ ਆ, ਤੇ ਫਿਰ ਹਜੇ ਤਾਂ ਗੱਲ ਸੁਖਬੀਰ ਸਿੰਘ ਬਾਦਲ ਹੋਣਾ ਤੋਂ ਤਾਂ ਇੰਨੀ ਵੱਡੀਆਂ ਗਲਤੀਆਂ ਗੁਨਾਹ ਹੋਏ ਆ, ਤੇ ਫਿਰ ਕਿਵੇਂ ਸਾਰਾ ਪੰਥ ਇਕੱਠਾ ਹੋਊਗਾ? ਪੰਥ ਤਾਂ ਇਕੱਠਾ ਹੋਊਗਾ ਜਿਹੜੀ ਜਿਸ ਜੜ ਕਰਕੇ ਜਿਹਨਾਂ ਕਾਰਨਾਂ ਕਰਕੇ ਆਪਣਾ ਇੰਨਾ ਨੁਕਸਾਨ ਹੋਇਆ, ਜੇ ਆਪਾਂ ਉਹਨਾਂ ਨੂੰ ਨਹੀਂ ਐਡਰੈਸ ਕਰਾਂਗੇ ਉਸ ਤੋਂ ਬਗੈਰ ਨਹੀਂ ਪੰਥ ਇਕੱਠਾ ਹੋ ਸਕਦਾ। ਤੇ ਪ੍ਰਧਾਨ ਤਾਂ ਉਹਨੂੰ ਬਣਾਉਣਾ ਚਾਹੀਦਾ ਜਿਹੜਾ ਧਾਰਮਿਕ ਪੱਖੋਂ ਤੇ ਆਪਣੇ ਰਾਜਸੀ ਪੱਖੋਂ ਉਹਨੂੰ ਸੂਝ ਬੂਝ ਹੋਵੇ, ਸਮਝ ਹੋਵੇ, ਗਿਆਨ ਹੋਵੇ, ਉਹਦਾ ਤਜਰਬਾ ਹੋਵੇ। ਮੈਂ ਭੁੰਦੜ ਸਾਹਿਬ ਦੀ ਗੱਲ ਨਹੀਂ ਕਰਦਾ, ਮੈਂ ਵੈਸੇ ਗੱਲ ਕਰਦਾ। ਤੁਸੀਂ ਉਹ ਬਣਾਏ ਉਹ ਹੈ, ਉਹਨਾਂ ਨੂੰ ਹੈ ਤਜਰਬਾ ਜਾਂ ਨਹੀਂ? ਭੁੰਦੜ ਸਾਹਿਬ ਨੂੰ ਬੜਾ ਰਾਜਸੀ ਤਜਰਬਾ ਆ, ਬੜਾ ਲੰਬਾ ਸਮਾਂ ਉਹਨਾਂ ਨੇ ਆਪਣੇ ਉਹਦੇ ਸਿਆਸਤ ਦੇ ਖੇਤਰ ਵਿੱਚ ਸੇਵਾ ਕੀਤੀ। ਭੁੰਦੜ ਸਾਹਿਬ ਦਾ ਸਤਿਕਾਰ ਕਰਦੇ ਸਾਰੇ, ਕੋਈ ਇਹਦੇ ਚ ਦੋ ਰਾਵਾਂ ਨਹੀਂ ਗਈਆਂ, ਪਰ ਕੀ ਭੁੰਦੜ ਸਾਹਿਬ ਸਾਰੇ ਪੰਥ ਨੂੰ ਇਕੱਠਾ ਲੈ ਕੇ ਚੱਲ ਸਕਣਗੇ? ਜੋ ਕਈ ਤਰ੍ਹਾਂ ਦੇ ਸਵਾਲ ਉੱਠਦੇ ਆ, ਜਿਵੇਂ ਦਾ ਸੰਕਟ ਆ, ਜਿਵੇਂ ਦੇ ਹਾਲਾਤ ਚੋਂ ਆਪਾਂ ਗੁਜ਼ਰ ਰਹੇ ਹਾਂ, ਉਦਾਂ ਦਾ ਫੈਸਲਾ ਲੈਣਾ ਪੈਣਾ ਆ ਅਕਾਲੀ ਦਲ ਦੀ ਲੀਡਰਸ਼ਿਪ ਨੂੰ।